ਨੇ ਤੁਹਾਡਾ ਸਵਾਗਤ ਹੈ ਰੋਜ਼ਾਨਾ ਰੂਟੀਨ ਚੈਨਲ ਫਰੈਂਡ। ਅੱਜ ਅਸੀਂ ਲੈ ਕੇ ਜਾਂਦੇ ਹਾਂ ਤੁਹਾਨੂੰ ਬਾਹਰ ਬਾਜ਼ਾਰ ਜਾ ਰਹੇ ਹਾਂ ਫਰੈਂਡ। ਮੈਂ ਕਿਹਾ ਚਲੋ ਤੁਹਾਨੂੰ ਵੀ ਲੈ ਕੇ ਚੱਲੀਏ। ਹੋਰ ਕੀ ਹਾਲ ਚਾਲ ਨੇ ਫਰੈਂਡ? ਚਲੋ ਅਸੀਂ ਸਾਡੇ ਨਾਲ ਚੱਲੋ ਤੁਸੀਂ ਵੀ। ਤਾਂ ਪਾਰਕ ਦੀ ਆਉਣ ਲੱਗ ਗਈ। ਪਹਿਲਾਂ ਮੇਰੀ ਫੋਟੋ ਤਾਂ ਆਵੇ, ਦੇਖ ਤੁਸੀਂ ਕਿਵੇਂ ਆਏਗੀ। ਹੈਲੋ ਫਰੈਂਡ, ਰਾਮ ਰਾਮ ਜੀ, ਜੈ ਮਾਤਾ ਦੀ, ਸਤਿ ਸ਼੍ਰੀ ਅਕਾਲ। ਅਸੀਂ ਅੱਜ ਲੈ ਕੇ ਆ ਗਏ ਤੁਹਾਨੂੰ ਫਰੈਂਡ ਪਾਰਕ ਵਿੱਚ। ਮੈਂ ਕਿਹਾ ਚਲੋ ਪਾਰਕ ਬਾਹਰ ਜਾਂਦੇ ਹਾਂ, ਬਾਹਰ ਦੀ ਵੀਡੀਓ ਬਣਾਉਂਦੇ ਹਾਂ। ਚਲੋ ਸਾਡੇ ਨਾਲ ਤੁਸੀਂ ਆਹ ਦੇਖੋ, ਪਾਰਕ ਹੈਗਾ। ਪਾਰਕ 'ਚ ਅਸੀਂ ਲੈ ਕੇ ਆਏ ਤੁਹਾਨੂੰ। ਜਾਂਦੇ ਹਾਂ ਅੰਦਰ ਫਰੈਂਡ ਅਸੀਂ। ਦੇਖੋ ਫਰੈਂਡ, ਅਸੀਂ ਆ ਗਏ ਅੰਦਰ ਪਾਰਕ ਦੇ। ਦੇਖੋ ਕਿੰਨੇ ਵਧੀਆ ਫੁੱਲ ਬੂਟੇ ਲੱਗੇ ਹੋਏ ਨੇ, ਕਿੰਨੇ ਵਧੀਆ ਨੇ ਫਰੈਂਡ। ਆਹ ਦੇਖੋ ਫਰੈਂਡ, ਅਸੀਂ ਆ ਗਏ ਪਾਰਕ 'ਚ। ਇਹ ਬੱਚੇ ਝੂਲੇ ਲੈ ਰਹੇ ਆ, ਕਿੰਨੇ ਵਧੀਆ ਝੂਲੇ ਆ ਫਰੈਂਡ। ਮੈਂ ਕਿਹਾ ਚਲੋ ਤੁਹਾਨੂੰ ਅੱਜ ਬਾਹਰ ਲੈ ਕੇ ਚੱਲਦੇ ਆ। ਪਿੰਗ ਵਾਲੇ ਝੂਲੇ ਸਾਹ ਹੁੰਦਾ ਮਹੀਨਾ ਨਾ, ਜਿਸ ਤਰ੍ਹਾਂ ਕਿ ਮੈਂ ਕਿਹਾ ਚਲੋ ਲੈ ਕੇ ਚੱਲਦੇ ਆ ਤੁਹਾਨੂੰ ਬਾਹਰ। ਅਸੀਂ ਅੱਗੇ ਲੈ ਕੇ ਚੱਲਦੇ ਹਾਂ ਫਰੈਂਡ, ਅੱਗੇ ਵੀ ਝੂਲੇ ਹੈਗੇ ਆ ਫਰੈਂਡ। ਆਹ ਦੇਖੋ ਫਰੈਂਡ, ਇਹ ਵੀ ਝੂਲੇ ਹੈਗੇ ਆ। ਆਹ ਦੇਖੋ ਉੱਧਰ ਅੱਗੇ ਜਾ ਕੇ ਵੀ ਝੂਲੇ ਹੈਗੇ ਆ ਫਰੈਂਡ। ਇੱਧਰ ਬੱਚੇ ਉੱਪਰ ਚੜੇ ਹੋਏ ਆ। ਆਹ ਦੇਖੋ ਫਰੈਂਡ, ਇਹ ਵੀ ਝੂਲੇ ਆ। ਹੋਰ ਸੁਣਾਓ ਫਰੈਂਡ, ਤੁਹਾਡਾ ਕੀ ਹਾਲ ਚਾਲ ਹੈ? ਤੁਹਾਡੇ ਕਿਵੇਂ ਮੌਸਮ ਹੈਗਾ ਵੇ? ਆਹ ਦੇਖੋ ਫਰੈਂਡ, ਇੱਧਰ ਵੀ ਝੂਲੇ ਲੱਗੇ ਹੋਏ ਆ। ਆਹ ਦੇਖੋ ਫਰੈਂਡ, ਇਹ ਵੀ ਝੂਲੇ ਲੱਗੇ ਹੋਏ ਆ। ਇੱਕ ਇਸ ਸਾਈਡ 'ਤੇ ਵੀ ਗੇਟ ਹੈਗਾ ਫਰੈਂਡ, ਇੱਧਰ ਵੀ ਦੋ ਗੇਟ ਹੈਗੇ ਨੇ। ਚਾਹੇ ਜਿੱਧਰੋਂ ਮਰਜ਼ੀ ਲੰਘ ਜਾਓ, ਬਾਹਰ ਚਲੇ ਜਾਓ, ਅੰਦਰ ਆ ਜਾਓ, ਦੋਨੋਂ ਪਾਸੋਂ ਗੇਟ ਹੈਗੇ ਆ ਫਰੈਂਡ ਬਣੇ ਹੋਏ। ਆਹ ਦੇਖੋ ਜਿਸ ਤਰ੍ਹਾਂ ਕਿ ਆਹ ਦੇਖੋ ਫਰੈਂਡ, ਇਹ ਵੀ ਜਿਮ ਹੈ। ਇਹ ਜਿਮ ਹੈਗੇ ਇਹਨੇ ਲੱਗੇ ਹੋਏ। ਚੱਲ ਨਹੀਂ ਰਹੀ। ਆਹ ਦੇਖੋ ਫਰੈਂਡ, ਜਿਮ ਹੈ ਇਹ। ਪਾਰਕ 'ਚ ਜਿਮ ਲੱਗੇ ਹੋਇਆ, ਸਭ ਆਉਂਦੇ ਆ। ਵੱਡੇ ਆਓ, ਛੋਟੇ ਬੱਚੇ ਆਉਣ, ਕੋਈ ਵੀ ਆਵੇ, ਸਭ ਆਉਂਦੇ ਆ ਇਹਦੇ ਵਿੱਚ। ਅੱਜ ਥੋੜ੍ਹੇ ਜਿਹੇ ਅਸੀਂ ਜਲਦੀ ਆ ਗਏ, ਬੱਚੇ ਘੱਟ ਆਏ। ਵੈਸੇ ਤਾਂ ਮੌਸਮ ਬਹੁਤ ਵਧੀਆ ਸੀ। ਇੱਧਰ ਇਹ ਵੀ ਜਿਮ ਹੈ ਫਰੈਂਡ। ਆਹ ਦੇਖੋ ਕਿੰਨੇ ਵਧੀਆ ਹੈਗਾ ਪਾਰਕ। ਤੁਹਾਡੇ ਵੀ ਉੱਥੇ ਹੈਗਾ ਪਾਰਕ ਜਿਨ੍ਹਾਂ 'ਚ ਜਿਮ ਵਗੈਰਾ ਲੱਗੇ ਹੋਏ ਆ? ਜ਼ਰੂਰ ਕਮੈਂਟ ਕਰਨਾ ਅਤੇ ਦੱਸਣਾ ਸਾਨੂੰ। ਮੈਂ ਕਿਹਾ ਚਲੋ ਤੁਹਾਨੂੰ ਅੱਜ ਬਾਹਰ ਲੈ ਕੇ ਚੱਲਦੇ ਹਾਂ। ਮੌਸਮ ਵਧੀਆ ਸੀ, ਅਸੀਂ ਜਦੋਂ ਆਏ ਹਾਂ ਘਰੋਂ ਉਦੋਂ ਤਾਂ ਵਧੀਆ ਸੀ, ਬਾਰਿਸ਼ ਆਰਿਸ਼ ਕਣੀਆਂ ਕਣੀਆਂ। ਉਹ ਹੁਣ ਆ ਕੇ ਤਾਂ ਇੱਥੇ ਫਿਰ ਧੁੱਪ ਜੀ ਨਿਕਲ ਆਈ ਹੈ। ਆਹ ਦੇਖੋ ਫਰੈਂਡ, ਇਹ ਵੀ ਇੱਕ ਇਸ ਤਰ੍ਹਾਂ ਦਾ ਜਿਮ ਹੈ ਜਿਹੜਾ ਕਿ ਆਪਾਂ ਦੋਨੋਂ ਪਾਸੋਂ ਘੁਮਾ ਸਕਦੇ ਹਾਂ। ਇਹਨੂੰ ਹੱਥ ਨਾਲ ਆਪਣੇ ਘੁਮਾ ਲੈਂਦੇ ਹਾਂ ਅਤੇ ਇਹ ਆਪਣੀ ਬਾਜੂ ਨੂੰ ਠੀਕ ਰੱਖਦਾ। ਜਿਸ ਤਰ੍ਹਾਂ ਕਿ ਬਾਜੂ ਵਗੈਰਾ ਦਰਦ ਹੁੰਦੀ ਹੈ, ਇਹ ਜਿਮ ਨਾਲ ਬਾਜੂ ਵਗੈਰਾ ਠੀਕ ਹੋ ਜਾਂਦੀ ਹੈ ਦਰਦ ਹੋਣਾ। ਅੱਗੇ ਤੁਹਾਨੂੰ ਲੈ ਕੇ ਚੱਲਦੇ ਆ ਫਰੈਂਡ। ਇਹ ਵੀ ਇੱਕ ਜਿਮ ਹੈ, ਆਪਣੀਆਂ ਲੱਤਾਂ ਵਾਸਤੇ ਫਰੈਂਡ ਬਹੁਤ ਵਧੀਆ ਹੁੰਦਾ। ਮੈਂ ਤਾਂ ਜ਼ਿਆਦਾ ਇਹ ਜਿਮ ਦੇ ਉੱਤੇ ਕਰਦੀ ਹਾਂ ਫਰੈਂਡ। ਸਵੇਰੇ ਆਉਂਦੀ ਹਾਂ ਮੈਂ ਰੋਜ਼, ਅਤੇ ਮੈਂ ਇਹੀ ਜਿਮ ਦੇ ਉੱਤੇ ਚੜ੍ਹਦੀ ਹੈਗੀ ਹਾਂ ਫਰੈਂਡ। ਇਹ ਵੀ ਫਰੈਂਡ ਇੱਕ ਜਿਮ ਹੈ। ਆਹ ਦੇਖੋ ਫਰੈਂਡ, ਇਹ ਚੇਅਰ 'ਤੇ ਬਹਿ ਕੇ ਅਤੇ ਜਿਸ ਤਰ੍ਹਾਂ ਆਪਾਂ ਸਾਈਕਲ ਨਹੀਂ ਚਲਾਉਂਦੇ ਹੈਗੇ ਫਰੈਂਡ, ਇਹ ਉਸ ਤਰ੍ਹਾਂ ਚਲਾਉਂਦੇ ਹੈਗੇ ਨੇ। ਮੈਂ ਕਿਹਾ ਚਲੋ ਤੁਹਾਨੂੰ ਵੀ ਦਿਖਾ ਕੇ ਲਿਆਵਾਂ। ਇੱਧਰ ਲੇਡੀਜ਼ ਵਗੈਰਾ ਵੀ ਬੈਠੀ ਹੋਈ ਹੈ ਅਤੇ ਉੱਧਰ ਬੋਏ ਜੈਂਟਸ ਵਗੈਰਾ ਵੀ ਹੈਗੇ ਆ ਫਰੈਂਡ। ਇਸ ਤਰ੍ਹਾਂ ਤਾਂ ਹੈਗੇ ਆ ਲੋਕ, ਪਰ ਘੱਟ ਆਏ ਹੋਏ, ਗਰਮੀ ਹੈ ਨਾ ਤਾਂ ਕਰਕੇ ਘੱਟ ਹੀ ਨਿਕਲਦੇ ਆ ਲੋਕ। ਇਹ ਦੇਖੋ ਫਰੈਂਡ, ਇਹ ਵੀ ਪੇੜ ਕਿੰਨਾ ਸੋਹਣਾ ਹੈਗਾ। ਮੈਂ ਕਿਹਾ ਚਲੋ ਤੁਹਾਨੂੰ ਲੈ ਕੇ ਚੱਲਦੇ ਹਾਂ ਅਸੀਂ ਪਾਰਕ ਦੇ ਵਿੱਚ, ਅੱਜ ਘੁਮਾ ਕੇ ਲਿਆਉਂਦੇ ਹਾਂ। ਦੇਖੋ ਫਰੈਂਡ, ਹੋਰ ਸੁਣਾਓ ਫਰੈਂਡ, ਕੀ ਹਾਲ ਚਾਲ ਨੇ ਤੁਹਾਡੇ? ਤੁਹਾਡੇ ਨੇੜੇ ਵੀ ਪਾਰਕ ਪੂਰਕ ਹੈਗੇ, ਤੁਸੀਂ ਜਾਂਦੇ ਹੋ ਪਾਰਕ ਵਿੱਚ? ਜ਼ਰੂਰ ਜਾਇਆ ਕਰੋ ਫਰੈਂਡ, ਪਾਰਕ ਵਿੱਚ ਬਹੁਤ ਅੱਛਾ ਹੁੰਦਾ ਜਾਣਾ। ਜਿਵੇਂ ਕਿ ਆਪਾਂ ਸੈਰ ਕਰਦੇ ਹਾਂ, ਸਵੇਰੇ ਵੀ ਸਾਨੂੰ ਜਾਣਾ ਚਾਹੀਦਾ ਪਾਰਕ ਵਿੱਚ।
ਤੇ ਇਸ ਟਾਈਮ ਬੱਚਿਆਂ ਨੂੰ ਲੈ ਕੇ ਜਾਇਆ ਕਰੋ, ਘੁੰਮ ਕੇ ਆਇਆ ਕਰੋ, ਵਧੀਆ ਹੁੰਦਾ ਹਰਾ ਹਰਾ। ਦੇਖੋ ਕਿੰਨਾ ਵਧੀਆ ਸਾਡੇ ਪਾਰਕ ਵਿੱਚ ਘਾਸ ਵਗੈਰਾ ਵੀ ਬਹੁਤ ਸੋਹਣਾ ਹੋਏਗਾ, ਜਿਸ ਤਰ੍ਹਾਂ ਕਿ ਇਸ ਨੂੰ ਸ਼ੂਗਰ ਹੈਗੀ ਜਾਂ ਕੁਛ, ਘਾਸ 'ਤੇ ਤੁਰਦੇ ਆ ਬੇਟੇ, ਘਾਹ ਦੇ ਉੱਤੇ ਨਾ ਚੱਪਲ ਉਤਾਰ ਕੇ ਫਿਰ ਸੈਰ ਕਰਦੇ ਹਾਂ ਤਾਂ ਬਹੁਤ ਵਧੀਆ ਹੁੰਦਾ ਆਪਣੇ ਵਾਸਤੇ, ਘਾਹ ਦੇ ਉੱਤੇ ਤੁਰਨਾ ਅੱਛਾ ਲੱਗਦਾ ਹੈਗਾ, ਨਾਲੇ ਸਿਹਤ ਵਾਸਤੇ ਵਧੀਆ ਹੁੰਦਾ। ਜ਼ਰੂਰ ਆਇਆ ਕਰੋ ਫਰੈਂਡ, ਤੁਸੀਂ ਵੀ ਆਇਆ ਕਰੋ ਪਾਰਕ ਵਿੱਚ। ਆਹ ਦੇਖੋ ਆਹ ਵੀ ਕਿੰਨੀ ਵਧੀਆ, ਇੱਧਰ ਟੇਬਲ ਲੱਗੇ ਆ ਬੈਠਣ ਨੂੰ। ਆਹ ਦੇਖੋ ਫਰੈਂਡਸ, ਸਾਵਣ ਦੇ ਮੇਲਾ ਮਾਰੋ ਤੁਸੀਂ ਚੱਲ ਤੁਸੀਂ ਲੈ ਰਹੇ ਹੋ। ਲੋ ਚਲੋ ਅਸੀਂ ਲੈ ਕੇ ਆਨੇ ਥੋੜੇ ਜੇ, ਅਸੀਂ ਲੈ ਨਹੀਂ ਸੀ ਅਜੇ, ਮੈਂ ਕਿਹਾ ਚਲੋ ਮੈਂ ਵੀ ਜਾਂਦੀ ਆ ਸੰਚਾਰ ਲੈ। ਕਿਉਂ ਛੁੱਟੀ ਆ ਪਿੱਛੇ ਹੁਣ ਤਾਂ ਮਾਰ, ਅਸੀਂ ਲੈ ਕੇ ਨਹੀਂ ਤੇ ਸਾਵਣ ਦੇ ਮਹੀਨੇ ਜੀ ਲੈਣਾ ਚਾਹੀਦਾ, ਬਹੁਤ ਵਧੀਆ ਹੁੰਦਾ ਝੂਲਾ ਲਾ ਝੂਲਾ। ਆਏ ਆਏ ਆਏ, ਮੈਨੂੰ ਪਤਾ ਹੈ ਮੈਨੂੰ ਪਤਾ ਕਿੱਥੇ ਜਾਊਗਾ। ਲੈ ਲੋ ਦੋ ਮਿੰਟ ਹੋਰ, ਚੱਪਲ ਲੈ ਲੋ ਬਾਹਰ ਭਗਾ ਕੇ ਮਾਰੂਗਾ। ਕਿਵੇਂ ਦੇ ਲੱਗ ਰਹੇ, ਕਿਵੇਂ ਲੱਗ ਰਹੇ, ਮਾਲੀ ਲੱਗੇ।